ਇਹ ਖਬਰ ਸੁਣ ਕੇ ਟਰੂਡੋ ਵੀ ਕਹਿੰਦਾ ਹੈ ਕਿ ਪੰਜਾਬੀਆਂ ਨੂੰ ਹੁਣ ਸਾਨੂੰ ਡਿਪੋਰਟ ਕਰਨਾ ਹੀ ਪਵੇਗਾ। ਪਿਛਲੇ ਇੱਕ ਵੀਕ ਤੋਂ ਕਾਫੀ ਜ਼ਿਆਦਾ ਵੱਡੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਕੈਨੇਡਾ ਵੱਲੋਂ ਜੀ। ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਵੇਂ ਕਿ ਪੰਜਾਬੀ ਕੈਨੇਡਾ ਦੀ ਹਮੇਸ਼ਾ ਪਹਿਲੀ ਪਸੰਦ ਬਣਿਆ ਰਿਹਾ ਹੈ, ਅਤੇ ਪਰ ਇਸ ਟਾਈਮ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੇ ਇੱਕ ਇਹੋ ਜਿਹਾ ਵੱਡਾ ਕੰਮ ਕੀਤਾ ਜਿਸ ਦੀ ਵਜ੍ਹਾ ਨਾਲ ਉਧਰਲੀ ਗੌਰਮੈਂਟ ਨੇ ਉਸ ਨੂੰ 5 ਤੋਂ 6 ਸਾਲ ਦੀ ਸਜ਼ਾ ਸੁਣਾਈ ਹੈ। ਜਦੋਂ ਉਸ ਨੂੰ ਜੱਜ ਸਜ਼ਾ ਸੁਣਾ ਰਿਹਾ ਸੀ ਤਾਂ ਉਹ ਮਿੰਨਤਾਂ ਕੱਢ ਰਿਹਾ ਸੀ ਕਿ ਸਰ ਮੇਰੇ ਬੱਚੇ ਆ, ਮੇਰੀ ਘਰਵਾਲੀ ਆ, ਮੇਰੇ ਮਾਂ ਪਿਓ ਆ, ਅਤੇ ਮੈਨੂੰ ਇੰਨੀ ਵੱਡੀ ਸਜ਼ਾ ਨਾ ਦਿੱਤੀ ਜਾਵੇ। ਪਰ ਸਭ ਤੋਂ ਵੱਡੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਉਹ ਕਾਂਡ ਜਾਂ ਫਿਰ ਜਦੋਂ ਉਹ ਗਲਤੀ ਆਪਾਂ ਕਰਦੇ ਹਾਂ ਉਦੋਂ ਉਸ ਟਾਈਮ ਆਪਾਂ ਇਹ ਕਿਉਂ ਨਹੀਂ ਸੋਚਦੇ ਕਿ ਮੈਨੂੰ ਕਦੇ ਨਾ ਕਦੇ ਅੱਗੇ ਜਾ ਕੇ ਇਸ ਦਾ ਹਰਜਾਨਾ ਵੀ ਭੁਗਤਣਾ ਪਊਗਾ। ਜਦੋਂ ਕੈਨੇਡਾ ਦੇ ਵਿੱਚ ਕੰਮ ਨਹੀਂ ਮਿਲਦਾ ਸੀ, ਬਹੁਤ ਜ਼ਿਆਦਾ ਖਬਰਾਂ ਨਿਊਜ਼ ਆਪਾਂ ਨੂੰ ਹਮੇਸ਼ਾ ਸੁਣਨ ਨੂੰ ਮਿਲੀਆਂ ਲੋਕਾਂ ਦੁਆਰਾ, ਪਰ ਉਸ ਟਾਈਮ ਇੱਕ ਉਬਰ ਹੀ ਪੰਜਾਬੀਆਂ ਦਾ ਸਭ ਤੋਂ ਵੱਡਾ ਸਹਾਰਾ ਬਣੀ ਸੀ, ਜਿਹਨੂੰ ਆਪਾਂ ਕੈਬ ਉਬਰ ਕਹਿ ਦਿੰਦੇ ਹਾਂ ਜਾਂ ਫਿਰ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਟੈਕਸੀ ਵੀ ਕਹਿ ਦਿੰਦੇ ਹਾਂ, ਕਿ ਉਦੋਂ ਟੈਕਸੀ ਚਲਾਉਂਦੇ ਆ ਮੁੰਡਾ ਸਾਡਾ, ਵਧੀਆ ਪੈਸੇ ਕਮਾਉਂਦਾ ਹੈ, ਉਬਰ ਕਾਰ ਉਸਨੇ ਪਾਈ ਹੋਈ ਆ। ਅਤੇ ਉਸੇ ਤਰ੍ਹਾਂ ਹੀ ਇਸ ਇਨਸਾਨ ਨੇ ਵੀ ਅੱਜ ਤੋਂ 2018 ਦੇ ਵਿੱਚ ਕੈਨੇਡਾ ਦੇ ਵਿੱਚ ਐਂਟਰੀ ਕੀਤੀ ਸੀ। 2018 ਦੇ ਵਿੱਚ ਕੈਨੇਡਾ ਦੇ ਵਿੱਚ ਐਂਟਰੀ ਕਰਨ ਤੋਂ ਬਾਅਦ ਇਸ ਨੇ ਉੱਧਰ ਜਾ ਕੇ ਆਪਣੇ ਕੰਮਕਾਜ ਨੂੰ ਸ਼ੁਰੂ ਕੀਤਾ, ਆਪਣੀ ਉਬਰ ਕਾਰ ਦੇ ਵਿੱਚ ਡਰਾਈਵਿੰਗ ਕਰਨੀ ਸ਼ੁਰੂ ਕੀਤੀ। ਜਦੋਂ ਉਬਰ ਕਾਰ ਦੇ ਵਿੱਚ ਡਰਾਈਵਿੰਗ ਸ਼ੁਰੂ ਕਰਨੀ ਸ਼ੁਰੂ ਕੀਤੀ ਤਾਂ ਇਹਨਾਂ ਨੇ 3 ਕੁੜੀਆਂ ਇਹਦੀ ਉਬਰ ਕਾਰ ਦੇ ਵਿੱਚ ਆ ਕੇ ਬੈਠੀਆਂ। ਉਹਨਾਂ 3 ਕੁੜੀਆਂ ਨਾਲ ਇਸ ਨੇ ਸੈਕਸੁਅਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਵਜ੍ਹਾ ਨਾਲ 3 ਕੁੜੀਆਂ ਨੇ ਇਸ ਦੇ ਅਗੇਂਸਟ ਪੁਲਿਸ ਕੰਪਲੇਂਟ ਕਰ ਦਿੱਤੀ। ਉਹ ਸੈਕਸੁਅਲ ਕੰਪਲੇਂਟ ਜਦੋਂ ਇਸ ਦੇ ਖਿਲਾਫ ਰਜਿਸਟਰਡ ਹੋਏ ਤਾਂ ਇਸ ਨੂੰ 5 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। 3 ਫੀਮੇਲ ਦੁਆਰਾ ਰਾਈਡ ਕਰਦੇ ਟਾਈਮ ਇਸ ਨੇ ਸਭ ਤੋਂ ਵੱਡਾ ਕਾਂਡ ਉਹਨਾਂ ਨਾਲ ਕੀਤਾ ਸੀ। ਪਤਾ ਨਹੀਂ ਲੋਕ ਕਿਉਂ ਭੁੱਲ ਜਾਂਦੇ ਨੇ ਕਿ ਅਸੀਂ ਵੀ ਇੱਕ ਪਰਿਵਾਰ ਦੇ ਵਿੱਚ ਬਿਲੋਂਗ ਕਰਦੇ ਹਾਂ, ਅਸੀਂ ਇੰਨੀ ਦੂਰ ਆਪਣਾ ਮੁਲਕ ਛੱਡ ਕੇ ਆਏ ਹਾਂ, ਇੱਕ ਕਿਰਤ ਕਰਨ ਲਈ ਆਏ ਹਾਂ, ਇੱਕ ਚੰਗੀ ਕਮਾਈ ਕਰਨ ਲਈ ਆਏ ਹਾਂ, ਆਪਣੀ ਫੈਮਿਲੀ ਨੂੰ ਸੈਟਲ ਕਰਨ ਲਈ ਆਏ ਹਾਂ। ਅਤੇ ਬਹੁਤ ਵੱਡੀ ਖਬਰ ਹੋਰ ਵੀ ਨਿਕਲ ਕੇ ਆ ਰਹੀ ਹੈ, ਬਹੁਤ ਸਾਰੇ ਲੋਕਾਂ ਨੂੰ ਹਾਰਟ ਅਟੈਕ ਦੀ ਵਜ੍ਹਾ ਨਾਲ ਉੱਧਰਲੀ ਸਾਈਡ ਦੌਰੇ ਪੈ ਕੇ ਡੈਥ ਹੋ ਜਾਂਦੀ ਆ। ਕਿਉਂ ਹੋ ਜਾਂਦੀ ਹੈ ਜੇਕਰ ਤੁਸੀਂ ਉਸ ਬਾਰੇ ਵੀ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਜਾ ਕੇ ਜ਼ਰੂਰ ਲਿਖੋ ਟਰੱਕ ਡਰਾਈਵਰ।